ਸੋ ਹੈ ਗਾਇਜ਼, ਕੀ ਹਾਲ ਚਾਲ ਹੈ? ਇਸ ਐਚ ਖਾਨ ਵੈਣੀ ਵਾਲਾ 33, ਗੁਰੀ ਨਿਮਾਣਾ, ਰੂਪਨ ਬਲ, ਮਿਕਸ ਮਾਸਟਰ ਸਮੀਰ, ਰੂਪਨ ਬਲ ਦੇ ਵੀਡੀਓ ਡਾਇਰੈਕਟਰ, ਲਾਈਨ ਪ੍ਰੋਡਕਸ਼ਨ ਜਤਿੰਦਰ ਵਰਾੜ, ਵੀ ਐਡਿਟ ਐਂਡ ਵੀ ਐਫ ਐਕਸ ਦਿਲਪ੍ਰੀਤ, ਵੀ ਐਫ ਐਕਸ ਘੈਂਟ ਕੰਮ ਵਾਲਾ, ਘੈਂਟ 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 ਪੂਰਾ ਸਾਰਾ ਉਹ ਸਭ ਹੀ। ਹਾਂ ਚਲੋ ਜੀ, ਜ਼ਿਆਦਾ ਹੋ ਗਈ ਨਾ ਥੋੜ੍ਹੀ ਜਿਹੀ, ਹਾਂ ਹੁਣ ਠੀਕ ਹੈ। ਚਲੋ ਜੀ ਸਟਾਰਟ ਕਰਦੇ ਹਾਂ ਖਾਣ ਪੈਣੇ ਬਾਈ ਦੇ ਚੈਨਲ ਦੇ ਆਪਣੇ ਦੇ ਐਪ ਪ੍ਰੈਜੈਂਟਸ ਲੈਸ ਜੈਕਟ। ਚੱਕੋ ਫਿਰ ਚੱਕ ਤੇ ਚੱਕ ਹਲਕੀ ਨੰਬਰ ਇੱਕ ਕਰੈਕਟਰ ਬੱਲੀਏ, ਦੋ ਨੰਬਰ ਦਾ ਕੰਮ ਨੀ ਕੋਈ, ਤਿੰਨ ਕ ਪੈਗ ਤੇ ਚਾਰ ਕ ਬੰਦੇ, 5 ਵਜੇ ਬਾਅਦ ਕੰਮ ਨੀ ਕੋਈ, ਹਾਏ ਤੂੰ ਮਾਰੋ ਸਿਕਸਰ ਜੱਟੀਏ, ਮੈਨੂੰ ਡਬਲ ਸਿੰਗਲ ਦੀ ਗੇਮ ਨਹੀਂ ਆਉਂਦੀ, ਸੱਤੇ ਹੀ ਦਿਨ ਸੁੱਖ ਨਾਲ ਜੱਟੀਏ, ਜੱਟ ਦੀ ਕਾਟੋ ਆ ਕੇ ਪੋਦੀ, ਨੌਵੀਂ ਵਿੱਚ ਹੀ ਬਦਲ ਲਈ ਸੀ ਮੈਂ ਜ਼ਿੰਦਗੀ ਦੀ ਸਕ੍ਰਿਪਟ ਕਾਨੇ। ਓਕੇ, ਨੌਵੀਂ ਵਿੱਚ ਹੀ ਬਦਲ ਲਈ ਸੀ ਕਹਿੰਦਾ ਮੈਂ ਜ਼ਿੰਦਗੀ ਦੀ ਸਕ੍ਰਿਪਟ ਕਾਨੇ, ਹੁਣ ਤੱਕ ਜੱਟ ਦੇ ਜੋ ਵੀ ਪੱਲੇ, ਦਸਾਂ ਨੌਹਾਂ ਦੀ ਕਿਰਤਰ ਕਾਨੇ। ਦੱਸ ਤੂੰ ਯਾ ਪੈਸਾ ਬਹੁਤ ਕਮਾਇਆ, ਪਰ ਕੋਈ ਇਹ ਨਾ ਕਹਿ ਸਕਦਾ, ਇਹ ਨਹੀਂ ਕਹਿ ਸਕਦਾ ਦੋ ਨੰਬਰ ਦਾ। ਹੁਣ ਤੱਕ ਸੁਣ ਲੀ 16 ਸੱਚ ਨੇ ਗੱਲਾਂ, ਫਿਊਜ਼ਨ ਨਾਈਸ ਨਾਈਸ, ਫਿਊਜ਼ਨ ਬਹੁਤ ਸੋਹਣਾ ਕ੍ਰੀਏਟ ਕੀਤਾ, ਤੂੰ ਵੀ ਹਲਕਾ ਜਿਹਾ ਫੋਕ, ਹਲਕਾ ਜਿਹਾ ਹਿਪ ਹੋਪ ਬੀਟ, ਠੀਕ ਹੈ, ਵਿੱਚ ਲਾਈਕ ਵਿੱਚ ਥੋੜ੍ਹਾ ਬਹੁਤ ਬੋਲਣ ਵਾਲਾ ਟੱਚ, ਜਿਹੜੇ ਚੈਂਟਸ ਟਾਈਪਸ ਦੇ ਹੁੰਦੇ ਨੇ ਉਹਦੇ 'ਚ, ਨਾਈਸ। ਸਤਾਰਾਂ ਖੜਦੇ ਰਾਹਾਂ ਦੇ ਵਿੱਚ ਜੋ ਨਹੀਂ, ਉਹ ਨਿੱਤ 17-18 ਖੜਦੇ ਰਾਹਾਂ ਦੇ ਵਿੱਚ ਜੋ ਨਹੀਂ, ਜੇ 19 ਕੀ ਹੋ ਗਈ ਜੱਟ ਤੋਂ, ਉਹ 20 ਸਾਲੀ ਆ ਹੋਣੀ ਜੋ ਬਾਈ 'ਚ ਸੀ ਰਹਿ ਗਏ ਬੱਲੀਏ। ਅੱਛਾ, ਵਿੱਚ ਭੁਲੇਖਿਆ ਮੈਂ ਉਹ ਨਹੀਂ ਜੋ ਬਾਈ 'ਚ ਸੀ ਰਹਿ ਗਏ ਬੱਲੀਏ, ਉਹ 24 ਘੰਟੇ ਕਰਦੇ ਜੋ ਬਣੀ ਮਨੀ ਮਨੀ, ਬਸ 25 ਸਾਲਾਂ 'ਚ ਸਾਈ ਉਹਨਾਂ ਨਾਲ ਨਹੀਂ ਬਣੀ। Loved it bro, ਕਿ ਜਿਹੜੇ ਸਾਰਾ ਦਿਨ ਮਨੀ 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 ਕਰਦੇ, ਬਸ ਅੱਜ ਤੱਕ ਉਹਨਾਂ ਨਾਲ ਹੀ ਨਹੀਂ ਬਣੀ ਮਨੀ, ਬਸ 25 ਸਾਲਾਂ 'ਚ ਸਾਈ ਉਹਨਾਂ ਨਾਲ ਨਹੀਂ ਬਣੀ। 26 ਮਾਂ ਕੀ ਗੱਭਰੂ ਨੂੰ ਚੜਿਆ ਏ ਸਾਲ ਖੋਰੇ, ਕਿੰਨੀ ਹਰਕਾਨਾਂ ਦੀ ਆ ਜਾਣ ਤੇ ਆ ਬਣੀ, ਕੱਲ ਟੂਲ ਤੇ ਲਾਤਾ 1,27,000, ਕਿੱਥੋਂ ਪੱਟ ਲੂ ਤੇਰਾ ਲੱਕ ਨਹੀਂ ਠਾਈ, ਹਾਏ 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 ਹਾਏ, ਸੋ ਮਿਲਦਾ ਬੱਲੀਏ ਡੱਬ ਤਾਂ 30 ਦੀ ਡਿਊਟੀ ਲਈ। Nice, Guri Ramana, nice. ਕੱਤੀ ਮਾਰਚ ਨੂੰ ਜਿਵੇਂ ਡੀਕਦੇ ਸ਼ਰਾਬੀ, ਮਿੱਤਰਾਂ ਦੇ ਲੋਕੀ ਹੁਣ ਡੀਕਦੇ ਆ ਗਾਣੇ, ਬੱਤੀਆਂ ਦੰਦਾਂ ਦੇ ਜਿਹੜੀ ਹੁੰਦੀ ਆ ਵਿਚਾਲੇ, ਉਹਨੂੰ ਕਾਬੂ ਵਿੱਚ ਰੱਖੋ ਸੱਚ ਕਹਿੰਦੇ ਨੇ ਸਿਆਣੇ, ਦਿਲ ਵਿੱਚ ਰੱਖ। ਜਵਾਨ ਖਾਣ ਦੇ ਵੇਲੇ ਤੇ ਬੋਲਣ ਦੇ ਵੇਲੇ ਕਾਬੂ 'ਚ ਰਹੂਗੀ, ਤੁਹਾਡੀ ਇੱਜ਼ਤ ਬਣੀ ਰਹੂਗੀ। ਕੀ ਖਾਰ ਕਿਸੇ ਲਈ ਤੇ ਨਾ ਮੈਂ ਰੱਖਦਾ ਆ ਸਿਰ ਕੰਨੇ, ਲੋੜ ਤੋਂ ਗੱਭਰੂ ਵੱਧ ਨਹੀਂ ਲਿਖਦਾ ਹੁੰਦਾ ਤੇਤੀ ਵਾਲਾ ਪਾ ਸਿਰ ਕੰਨੇ। ਬਹੁਤਾ ਨਹੀਂ ਲਿਖਦਾ, ਤੇਤੀ ਵਾਲਾ ਵੀ ਪਾਸ ਹੁੰਦਾ।
ਯਾਰ ਬੈਕ ਟੂ ਬੈਕ ਚਾਹੀਦਾ ਭੈਣੇ ਵਾਲੇ ਦੀ, ਇੱਕ ਈ ਪੀ ਆ ਇੱਕ ਆਲਬਮ ਯਾਰ, ਵੀ ਵਾਂਟ ਇਟ ਬ੍ਰੋ, ਕਰ ਯਾਰ ਕੁਝ ਜੱਟਾ ਬੜਾ ਯਾਰ ਤੂੰ ਹੌਲੀ 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 ਗਾਣੇ ਕੱਢਦਾ। ਮੈਂ ਵੇਖਿਆ ਮਤਲਬ 2 ਕੁ ਮਹੀਨੇ ਬਾਅਦ ਇੱਕ ਸਿੰਗਲ ਟਰੈਕ ਸੀ ਚੱਲ ਰਿਹਾ ਭੈਣੇ ਵਾਲਾ, ਪਰ ਇੱਕ ਦੀ ਈ ਪੀ ਆਲਬਮ ਤਾਂ ਚਾਹੀਦੇ ਆ ਯਾਰ ਹੁਣ ਤਾਂ ਆਪਾਂ, ਕਿਉਂਕਿ ਨਾ ਗੱਲ ਪਤਾ ਕਿ ਭੈਣੇ ਵਾਲੀ ਦੀ ਜਿਹੜੀਆਂ ਸਿਆਣੀਆਂ ਗੱਲਾਂ ਨਾ ਬੜੀਆਂ ਚੰਗੀਆਂ ਲੱਗਦੀਆਂ, ਪਤਾ ਨਹੀਂ ਕਿਉਂ ਜ਼ਿੰਦਗੀ ਐਵੇਂ ਨਹੀਂ। ਭੈਣੇ ਵਾਲੇ ਨੇ ਆਪਣੇ ਆਫਰੋਡਿੰਗ ਗਾਣੇ ਵਿੱਚ ਕਿਹਾ ਸੀਗਾ ਕਿ ਜ਼ਿੰਦਗੀ ਜੀਣੀ ਆ ਤਾਂ 3 ਮਿੰਟ ਵਾਲਾ, ਮਤਲਬ ਹੁਣ ਭੈਣੀ ਵਾਲਾ ਸੋਹਣਾ ਬਸ ਤੈਨੂੰ ਜੀਣੀ ਆ ਜੂਗੀ ਜ਼ਿੰਦਗੀ, ਉਹੀ ਗੱਲ ਆ ਬਸ, ਠੀਕ ਆ। ਆਹੀ ਜੀ ਮੈਨੂੰ ਵਧੀਆ ਲੱਗਦੀ ਆ ਮੈਨੂੰ, ਮੈਂ ਹੋਰ ਕਿਸੇ ਕੋਈ ਇੱਦਾਂ ਦਾ ਇਹ ਨਹੀਂ ਹੈਗਾ ਕਿ ਕੋਈ ਐਕਸਟਰਾ ਆਰਡਨਰੀ ਲਾਈਕ ਵੋਕਲਸ ਨੇ, ਕੋਈ ਐਕਸਟਰਾ ਆਰਡਨਰੀ ਮਿਊਜ਼ਿਕ ਯੂਜ਼ ਕਰਦੇ ਆ ਜਾਂ ਕੁਝ, ਜਸਟ ਬਾਈ ਦੀ ਜੋ ਸੋਚ ਆ, ਬਾਈ ਦੀ ਜੋ ਕਰੈਕਟਰਾਈਜੇਸ਼ਨ ਆ, ਬਾਈ ਦੀ ਜੋ ਸੋਚ ਆ ਨਾ, ਮੈਨੂੰ ਉਹ ਬੜੀ ਚੰਗੀ ਲੱਗਦੀ ਆ। ਲਵ ਇਟ ਲਵ ਇਟ। ਸਤਿ ਸ਼੍ਰੀ ਅਕਾਲ।